ਸਾਡੇ ਪਿੰਡ 'ਚ ਵਿਕਾਸ ਦਾ ਨਾਂ ਕੋਈ ਨਹੀਂ ਲੱਭਿਆ ਅਜੇ ਤੱਕ ਤੇ ਗਲੀਆਂ ਨਾਲੀਆਂ ਵੇਖ ਲਓ ਅਜੇ ਤੱਕ ਉਸੇ ਤਰ੍ਹਾਂ ਹੀ ਆ ਕੋਈ ਦੁਬਾਰਾ ਰਿਪੇਅਰ ਨਹੀਂ ਕੀਤੀ ਗਈ ਬੋਲੀ ਦੇ ਜਰੀਏ ਚੁਣਿਆ ਤੇ ਜਾਏ ਪਰ ਬੋਲੀ ਦੇ ਜਰੀਏ ਮੁੜ ਕੇ ਕੰਮ ਕਰਨਾ ਕਿਹੜਾ ਕੋਈ ਪੈਸਾ ਲਾਉਣਾ ਹੀ ਨਹੀਂਗਾ ਇਹ ਦੋ ਉਦਾਂ ਡੇ ਨੇ ਕਰਨ ਬਲੋ ਬੋਲੀ ਪਾਲੀ ਕੋਈ ਨਹੀਂ ਗੇ ਦੋਹੇ ਬੰਦੇ ਜਿਹੜੇ ਨੇ ਆਪੋ 'ਚ ਬੋਲੀ ਕਰੀ ਜਾਂਦੇ ਲਾਈ ਜਾਂਦੇ ਨੇ ਪੰਜਾਬ ਦੇ ਵਿੱਚ ਸਰਪੰਚੀ ਦੀਆਂ ਚੋਣਾਂ ਦਾ ਵਿਗਲ ਵੱਜ ਚੁੱਕਾ ਹੈ ਤਾਂ ਜਿੱਥੇ ਹੁਣ ਤੱਕ ਸਰਬਸੰਮਤੀ ਜਾਂ ਚੋਣਾਂ ਦੇ ਜ਼ਰੀਏ ਸਰਪੰਚ ਚੁਣੇ ਜਾਂਦੇ ਸੀ ਤਾਂ ਗੁਰਦਾਸਪੁਰ ਦੇ ਇੱਕ ਪਿੰਡ ਦੇ ਵਿੱਚ ਨਵੀਂ ਰਵਾਇਤ ਜਿਹੜੀ ਹੈ ਉਹ ਸ਼ੁਰੂ ਹੋਈ ਹੈ ਤਾਂ ਮੈਂ ਇਸ ਵੇਲੇ ਪਿੰਡ ਹਰਦੌਰਵਾਲ ਦਾ ਇਹ ਪੰਚਾਇਤ ਘਰ ਹੈ ਔਰ ਕੱਲ ਇੱਥੇ ਸਰਪੰਚੀ ਦੀ ਜਿਹੜੀ ਬੋਲੀ ਹੈ ਉਹ ਲਗਾਈ ਗਈ ਸੀ ਔਰ 2 ਕਰੋੜ ਰੁਪਏ ਤੱਕ ਉਹ ਬੋਲੀ ਚੱਲੇ ਜਾਂਦੀ ਹੈ ਔਰ ਇਸੇ ਹੀ ਪਿੰਡ ਦੇ ਰਹਿਣ ਵਾਲੇ ਜਿਹੜੇ ਸ਼ਖਸ ਨੇ ਉਹਨਾਂ ਵੱਲੋਂ ਦਾਵਾ ਕੀਤਾ ਗਿਆ ਕਿ ਇਸ ਬੋਲੀ ਦੇ ਰਾਹੀਂ ਉਹ ਪਿੰਡ ਦੇ ਸਰਪੰਚ ਬਣ ਗਏ ਤਾਂ ਪਿੰਡ ਦੇ ਲੋਕ ਇਸ ਫੈਸਲੇ ਨੂੰ ਕਿੱਦਾਂ ਦੇਖਦੇ ਨੇ ਕਿਉਂਕਿ ਇਸ ਚੀਜ਼ ਦੀ ਹਰ ਪਾਸੇ ਚਰਚਾ ਵੀ ਹੋ ਰਹੀ ਹੈ ਔਰ ਸਵਾਲ ਵੀ ਖੜੇ ਹੋ ਰਹੇ ਨੇ ਕਿ ਜੇਕਰ ਇਸ ਪ੍ਰਕਿਰਿਆ ਦੇ ਰਾਹੀਂ ਸਰਪੰਚ ਬਣਾਏ ਜਾਣਗੇ ਤਾਂ ਪਿੰਡਾਂ ਦਾ ਕੀ ਵਿਕਾਸ ਹੋ ਸਕੇਗਾ ਮੇਰੇ ਨਾਲ ਪਿੰਡ ਦੇ ਜਿਹੜੇ ਵਸਨੀਕ ਨੇ ਸਰ ਸਭ ਤੋਂ ਪਹਿਲਾਂ ਤਾਂ ਇਸ ਚੀਜ਼ ਦੀ ਪੂਰੀ ਦੁਨੀਆ ਭਰ ਦੇ ਵਿੱਚ ਚਰਚਾ ਹੋ ਰਹੀ ਹੈ ਕਿਉਂਕਿ ਹੁਣ ਤੱਕ ਜਾਂ ਤਾਂ ਵੋਟਾਂ ਦੇ ذریعے ਸਰਪੰਚ ਬਣਦੇ ਸੀ ਜਾਂ ਸਰਬਸੰਮਤੀ ਦੇ ਨਾਲ ਪਰ ਇਹ ਜਿਹੜੀ ਨਵੀਂ ਰਵਾਇਤ ਸ਼ੁਰੂ ਹੋਈ ਹੈ ਤੁਸੀਂ ਕਿਦਾਂ ਦੇਖਦੇ ਹੋ ਔਰ ਕੀ ਤੁਸੀਂ ਵੀ ਉਸ ਬੋਲੀ ਦੇ ਵਿੱਚ ਮਜੂਜ ਸੀ ਗੱਲ ਹਾਂ ਮੈਂ ਇੱਥੇ ਖਲੋ ਤਕਲੋਤਾ ਹੀ ਮੈਂ ਵੀ ਲੱਗ ਗਈ ਤੇ ਬੋਲੀ ਤੇ ਠੀਕ ਚੱਲੀ ਉਹ ਜਿੱਥੋਂ ਤੱਕ ਪਾਵਰ ਹੈ ਉਹਨਾਂ ਕੋ ਹੈਵੀ ਦੇ ਵੀ ਸਕਦੇ ਪੈਸੇ ਪਰ ਬਾਕੀ ਇਹ ਵੀ ਵਿਕਾਸ ਪਿੰਡ ਦਾ ਜਿਹੜਾ ਉਹ ਬੜਾ ਅਧੂਰਾ ਪਿਆ ਹੈ ਸਾਡੇ ਪਿੰਡ 'ਚ ਵਿਕਾਸ ਦਾ ਨਾਂ ਕੋਈ ਨਹੀਂ ਲੱਭਿਆ ਅਜੇ ਤੱਕ ਤੇ ਗਲੀਆਂ ਨਾਲੀਆਂ ਵੇਖ ਲਓ ਹਜੇ ਤੱਕ ਉਸੇ ਤਰ੍ਹਾਂ ਹੀ ਕੋਈ ਦੁਬਾਰਾ ਰਿਪੇਅਰ ਨਹੀਂ ਕੀਤੀ ਗਈ ਕੁਝ ਆ ਗਲੀਆਂ ਤਿਆਰ ਕੀਤੀਆਂ ਆਂ ਨਰਮਲ ਸਿੰਘ ਨੇ ਬਾਕੀ ਵਿਕਾਸ ਦਾ ਨਾਮ ਇੱਥੇ ਨਹੀਂ ਜੇ ਵੇਖੋ ਇੱਕ ਤੇ ਤਗੜੇ ਬੰਦੇ ਉਹ ਸਰਪੰਚੀ ਲੈ ਸਕਦੇ ਸਾਡੇ ਵਰਗਾ ਬੰਦਾ ਨਹੀਂ ਲੈ ਸਕਦਾ ਤੇ ਜਿਹੜੀ ਰੀਤ ਆ ਇਹ ਅੱਜ ਤੋਂ ਨਹੀਂ ਤੁਰੀ ਇਹ ਅਕਾਲੀ ਸਰਕਾਰ ਤੋਂ ਸਾਡੇ ਟਾਈਮ 'ਚ ਸਾਡੇ ਪਿੰਡ ਤੇ ਰਹੀ ਸੀ ਉਸ ਤੋਂ ਟੜਲੇਦਾਰ ਜਿਹੜੇ سرمایہਦਾਰ ਉਹੀ ਸਰਪੰਚ ਬਣ ਦੇਖੋ ਜੀ ਲੀਡਰਾਂ ਨੂੰ ਆਪਣੇ ਮੋਹਤਫਰ ਬੰਦੇ ਜਿਹੜੇ ਅੱਗੇ ਚਾਹੀਦੇ ਆ ਉਹਨਾਂ ਨੂੰ ਉਹਨਾਂ ਦੀ ਰਾਹੀਂ ਉਹਨਾਂ ਵੋਟਾਂ ਲੈਣੀਆਂ ਟਰਾਲੀਆਂ ਭਰ ਕੇ ਖੜਦੇ ਨੇ ਤੇ ਬੋਲੀ ਦੀ ਪੂਰੀ ਜਿਹੜੀ ਪ੍ਰੋਸੀਜਰ ਹੋਇਆ ਕਿ ਦੋ ਤਰਾਂ ਸੀ ਜਾਂ ਇੱਕੋ ਤਰ ਵੱਲੋਂ ਹੀ ਸਾਰੀਆਂ ਜਿਹੜਾ ਬੋਲੀ ਵਾਲਾ ਪ੍ਰੋਸੈਸ ਪੂਰਾ ਕੀਤਾ ਨਹੀਂ ਨਹੀਂ ਤਿਹਰਾ ਦੋ ਆਈਆਂ ਜਸਵਿੰਦਰ ਸਿੰਘ ਬਿੱਲਾ ਪਹਿਲਾਂ ਸਰਪੰਚ ਰਿਆ ਤੇ ਉਸ ਤੋਂ ਬਾਅਦ ਆਤਮਾ ਸਿੰਘ ਇਹਨਾਂ ਨੇ ਬੋਲੀ ਦਿੱਤੀ ਉਹਨੇ ਪਹਿਲਾਂ ਆਖਿਆ ਵੀ ਮੈਂ ਪਿੰਡ ਦਾ ਛੱਪੜ ਉਹਨੇ ਛੱਪੜ ਦਾ ਥਾਂ ਸੀ ਉਹ ਪਰਿਵਾਰਾਂ ਨੇ ਆਪਣੇ ਨਾਂ ਕਰਵਾ ਕੇ ਪਹਿਲੀ ਪੰਚਾਇਤਾਂ ਦੀ ਕੋਈ ਅੰਗੇਲੀ ਹੋ ਗਈ ਤੋ ਫਿਰ ਛੱਪੜ ਤੋਂ ਉਹ ਪਹਿਲੀ ਕਿਸੇ ਦੇ ਨਾਂ ਚੜ ਗਈ ਫਿਰ ਉਹ ਜਸਵਿੰਦਰ ਸਿੰਘ ਬਲੇਨੇ ਛੱਪੜ ਵਾਸਤੇ ਖਰੀਦੀ ਸੀ ਉਹ ਫਿਰ ਉਹ ਕੋ ਜਿਹੜੀ ਅਗਲੀ ਸਰਪੰਚੀ ਆ ਉਹ ਮੜ ਕੇ ਉਹਨੂੰ ਨਹੀਂ ਦਿੱਤੀ ਗਈ ਉਸ ਤੋਂ ਬਾਅਦ ਉਹ ਨਾ ਮੜ ਕੇ ਉਸ ਛੱਪੜ ਉਹਦੇ ਕੋਈ ਰਹਾ ਉਹ ਕਦੀ ਪਾਣੀ ਡੱਕਿਆ ਜਾਂਦਾ ਉਹਦਾ ਤੇ ਵਿਚਾਰੇ ਲੋਕੀ ਆਪਸ ਵਿੱਚ ਦੋ ਕਰੋੜ ਰੁਪਈਆ ਦੇਣ ਦੀ ਗੱਲ ਕਹੀ ਜਾ ਰਹੀ ਹੈ ਉਹਨਾਂ ਵੱਲੋਂ ਇਹ ਵੀ ਕਿਹਾ ਸੀ ਕਿ ਅੱਜ ਵੀ ਕੋਈ ਆ ਕੇ ਜੇ ਬੋਲੀ ਵਧਾ ਸਕਦਾ ਉਹ 2 ਕਰੋੜ ਰੁਪਈਆ ਪਿੰਡ ਤੇ ਲੱਗਣਾ ਜਾਂ ਕਿੱਥੇ ਜਾਣਾ ਉਹਦੇ ਬਾਰੇ ਕੋਈ ਗੱਲ ਹੋਈ ਨਹੀਂ ਉਹਦੀ ਬਾਰੇ ਉਹਨਾਂ ਨੇ ਦੱਸਿਆ ਕਿਹਿੰਦਾ ਵੀ ਅਸੀਂ ਕਮੇਟੀ ਬਣਾਵਾਂਗੇ ਪੰਜ ਬੰਦਿਆਂ ਦੀ ਜਿਹਦੇ ਵਿੱਚ ਉਹ ਪੈਸੇ ਰੱਖੇ ਜਾਣਗੇ ਜਿਨ੍ਹਾਂ ਦੇ ਅਕਾਊਂਟ ਚ ਰੱਖੇ ਜਾਣਗੇ ਉਹ ਪਿੰਡ ਚ ਪਿੰਡ ਦੇ ਜਰੀਏ ਲੱਗਣਗੇ ਮਤਲਬ ਇਹ ਨਹੀਂ ਵੀ ਸਰਕਾਰ ਦੇ ਖਾਤੇ ਚ ਚੱਲ ਜਾਣਗੇ ਤੇ ਫੇਰ ਲੱਗਣਗੇ ਹੁਣ ਸਰਕਾਰੀ ਖਾਤੇ ਜਾਣਗੇ ਤੇ ਜਿੱਥੇ 5 ਰੁਪਏ ਲੱਗਦੇ ਆ ਉੱਥੇ ਉਹਨਾਂ 15 ਤੋਂ 20 ਰੁਪਏ ਲਾਉਣੇ ਉਤੋਂ ਜੇ ਤੁਹਾਨੂੰ ਪਤਾ ਜਿਸ ਤਰ੍ਹਾਂ ਉੱਤੇ ਥੱਲੇ ਆਉਂਦਾ ਪਰ ਜਿਹੜਾ ਇੱਕ ਚੋਣ ਦਾ ਪ੍ਰੋਸੈਸ ਹੈ ਕਿ ਕਾਗਜ਼ ਭਰਨੇ ਉਸ ਤੋਂ ਬਾਅਦ ਕਾਗਜ਼ ਵਾਪਸ ਲੈਣੇ ਕੀ ਉਹ ਆਪਸ਼ਨ ਖੁੱਲੀ ਰੱਖੀ ਉਹਨਾਂ ਨੇ ਕਿ ਬਸ ਜੋ ਫੈਸਲਾ ਬੋਲੀ ਦੇ ਰਾਈ ਹੋ ਗਿਆ ਉਹੀ ਆਖਰੀ ਮੰਨਿਆ ਨਹੀਂ ਨਹੀਂ ਉਹ ਤਾਂ ਸਭ ਕੁਝ ਚੱਲੂਗਾ ਜੀ ਉਹ ਸਾਡੇ ਪਿੰਡ ਚ ਇਹ ਕੰਮ ਹੋ ਹੀ ਨਹੀਂ ਸਕਦਾ ਸੈਂਤੀ ਵਾਲਾ ਮਤਲਬ ਉਹ ਕਾਗਜ ਭਰੇ ਜਾਣੇ ਸਿਰਫ ਇਹਨਾਂ ਨੂੰ ਡਾਊਟ ਹੈ ਸਾਡੇ ਜਿਹੜੇ ਕਾਗਜੇ ਆ ਨਾ ਉਹ ਮਤਲਬ ਰੱਦ ਹੋ ਜਾਣੇ ਆ ਤੇ ਰੱਦ ਹੁੰਦੇ ਵੀ ਹੁੰਦੇ ਆ ਤੁਹਾਨੂੰ ਪਤਾ ਕਿ ਕਿਹੜੇ ਤਰੀਕੇ ਨਾਲ ਬੰਦਾ ਸਾਰੇ ਜੋਰ ਲਾਉਂਦਾ ਫਿਰ ਉਹ ਕਈ ਤਰੀਕਿਆਂ ਦੇ ਉਹ ਕਾਗਜ ਰੱਦ ਕਰ ਦਿੰਦੇ ਉਹ ਇਹਨਾਂ ਨੂੰ ਡਾਊਟ ਇਹੋ ਹੀ ਐਸੇ ਕਰਕੇ ਬੋਦੀਆਂ ਤੇ ਆਂਦੇ ਵਿੱਚੋਂ ਸਰਪੰਚੀ ਲੜਨੀ ਤੇ ਤਰਾਨ ਕੇ ਲੜਦੇ ਤੁਸੀਂ ਨੌਜਵਾਨ ਹੋ ਤੁਸੀਂ ਇਸ ਪੂਰੇ ਪ੍ਰਕਿਰਿਆ ਨੂੰ ਕਿਦਾਂ ਦੇਖਦੇ ਹੋ ਕਿ ਬੋਲੀ ਇਹ ਸਹੀ ਆ ਕੰਮ ਇਹਦੇ ਨਾਲ ਪਿੰਡ ਦਾ ਵਿਕਾਸ ਹੋ ਸਕਦਾ ਆ ਇਹ ਤਰੀਕਾ ਗਲਤ ਆ ਵੇਖੋ ਜੀ ਜੇ ਇਹਦੇ 2 ਕਰੋੜ ਰੁਪਏ ਨਾ ਵਿਕਾਸ ਤੇ ਹੋ ਸਕਦਾ ਆ ਪਰ ਇਹ ਇਹ ਨਾ ਵੀ ਮੌਕਾ ਸਾਰਿਆਂ ਨੂੰ ਮਿਲਣਾ ਚਾਹੀਦਾ ਆ ਚਲੋ ਸਾਰਿਆਂ ਦੇ ਕਾਗਜ ਭਰਿਆ ਜਾਣ ਕਿਸੇ ਦੇ ਰੱਦ ਨਾ ਕਰਿਆ ਜਾਣ ਵੋਟਾਂ ਹੋਣ ਵੋਟਾਂ ਨਾਲ ਜਿਹੜਾ ਜਿੱਤੇ ਜਿੱਦੀਏ ਜੇ ਕਹਿਣ ਵੀ ਮਤਲਬ ਸਾਰੇ ਸਹਿਮਤੀ ਹੋ ਜਾਣਾ ਤੋ ਉਹ ਨਹੀਂ ਸਾਡੇ ਪਿੰਡ ਹੋ ਸਕਦਾ ਜੇਕਰ ਇਹ ਪ੍ਰੋਸੀਜਰ ਪੂਰੇ ਸਾਰੇ ਪੰਜਾਬ ਦੇ ਪਿੰਡਾਂ ਵਾਲੇ ਫਾਲੋ ਕਰਦੇ ਫਿਰ ਜਿਹੜਾ ਕੋਈ ਨੌਜਵਾਨ ਹੈ ਜਿਹਦੇ ਵਿੱਚ ਕੰਮ ਕਰਨ ਦੀ ਇੱਛਾ ਉਹ ਲੋਕ ਜਾਂ ਫਿਰ ਉਹਦੇ ਕੋਲ ਪੈਸੇ ਦੀ ਕਮੀ ਹੈ ਤਾਂ ਉਹ ਲੋਕ ਤਾਂ ਫਿਰ ਅੱਗੇ ਨਹੀਂ ਆ ਸਕਦੇ ਹਾਂਜੀ ਹਾਂਜੀ ਉਹ ਉਹਨਾਂ ਨੇ ਕਿੱਥੋਂ ਅੱਗੇ ਆਇਆ ਲੈਣਾ ਜੀ ਉਹਨਾਂ ਕੋਲ ਪੈਸਾ ਹੀ ਨਹੀਂ ਹੈਗਾ ਹੁਣ ਜਿੰਨਾਂ ਕੋਲ ਪੈਸਾ ਉਹ ਹੀ ਅੱਗੇ ਆ ਸਕਦਾ ਇਹ ਕਰਕੇ ਵੀ ਕਾਗਜ਼ੀ ਕੇਸ ਦੇ ਰੱਦ ਨਾ ਕੀਤੇ ਜਾਣ ਪਰ ਉਹ ਕਰੋੜ ਰੁਪਈਆ ਪਿੰਡ ਤੇ ਲੱਗਦਾ ਤਾਂ ਉਹ ਵੀ ਇੱਕ ਚੰਗੀ ਗੱਲ ਉਹ ਵੀ ਚੰਗੀ ਗੱਲ ਆ 2 ਕਰੋੜ ਰੁਪਈਆ ਜੇ ਪਿੰਡ ਤੇ ਲੱਗਦਾ ਆ ਤਾਂ ਵਧੀਆ ਹੈ ਪਿੰਡ ਦਾ ਵਿਕਾਸ ਹੋ ਜੂ ਵਧੀਆ ਮਤਲਬ ਸਾਰਾ ਕੁਝ ਬਣ ਜੂਗਾ ਗਲੀਆਂ ਬਣ ਜਾਣਗੀਆਂ ਬਾਕੀ ਇਹ ਆ ਵੀ ਚਲੋ ਮੌਕਾ ਮਿਲਣਾ ਚਾਹੀਦਾ ਸਾਰਿਆਂ ਨੂੰ ਇਲੈਕਸ਼ਨ ਹੋਣੀ ਮਤਲਬ ਹੋਣੀ ਚਾਹੀਦੀ ਹੈ ਵੋਟਾਂ ਪੈਣੀਆਂ ਚਾਹੀਦੀਆਂ ਜਿਹੜਾ ਗਰੀਬਨ ਦਾ ਵੀ ਅੱਗੇ ਆ ਸਕਦਾ ਹੈ ਇਹ ਆ ਵੀ ਕਿਸੇ ਦੇ ਕਾਗਜ਼ ਨਾ ਰੱਦ ਕੀਤੇ ਜਾਣ ਤਾਂ ਪਿੰਡ ਵਾਲੇ ਲੋਕਾਂ ਦੀ ਵੀ ਵੱਖ-ਵੱਖ رائے ਹੈ ਕਿਉਂਕਿ ਇੱਕ ਪਾਸੇ ਤਾਂ ਜੇਕਰ ਪਿੰਡ ਦੇ ਵਿਕਾਸ ਦੀ ਗੱਲ ਕੀਤੀ ਜਾਵੇ ਤਾਂ ਫਿਰ ਉਹਨਾਂ ਦਾ ਕਹਿਣਾ ਕਿ ਜਿਹੜਾ 2 ਕਰੋੜ ਰੁਪਈਆ ਬੋਲੀ ਦੇ ਜ਼ਰੀਏ ਉਮੀਦਵਾਰ ਵੱਲੋਂ ਦਿੱਤਾ ਜਾਣਾ ਜੇਕਰ ਉਹ ਪਿੰਡ ਤੇ ਲੱਗਦਾ ਹੈ ਤਾਂ ਚੰਗੀ ਗੱਲ ਹੈ ਪਰ ਦੂਜੇ ਪਾਸੇ ਜੇਕਰ ਬਾਕੀ ਪਿੰਡਾਂ ਵਾਲੇ ਵੀ ਇਸੇ ਪ੍ਰੋਸੀਜਰ ਨੂੰ ਜਾਂ ਇਸੇ ਪ੍ਰਕਿਰਿਆ ਨੂੰ ਫਾਲੋ ਕਰਦੇ ਨੇ ਤਾਂ ਉਹਨਾਂ ਲੋਕਾਂ ਦਾ ਅੱਗੇ ਆਉਣਾ ਮੁਸ਼ਕਲ ਹੈ ਜਿਨ੍ਹਾਂ ਦੇ ਕੋਲ ਪੈਸੇ ਦੀ ਘਾਟ ਹੈ ਪਰ ਉਹ ਕੰਮ ਕਰਨਾ ਚਾਹੁੰਦੇ ਨੇ ਆਪਣੇ ਪਿੰਡਾਂ ਦਾ ਵਿਕਾਸ ਕਰਨਾ ਚਾਹੁੰਦੇ ਤਾਂ ਇੱਕ ਵਾਰ ਮੈਂ ਫਿਰ ਦਿਖਾ ਦਿਆ ਕਿ ਇਹੀ ਉਹ ਪਿੰਡ ਦਾ ਪੰਚਾਇਤਕਰ ਹੈ ਜਿੱਥੇ ਕੱਲ ਜਿਹੜੀ ਹੈ ਬੋਲੀ ਲਗਾਈ ਗਈ ਸੀ ਦੋ ਧਿਰਾਂ ਇੱਥੇ ਪਹੁੰਚਦੀਆਂ ਨੇ ਹਾਲਾਂਕਿ ਕੱਲ ਦੀ ਬੋਲੀ ਤੋਂ ਬਾਅਦ ਜੋ ਆ ਆਤਮਾ ਸਿੰਘ ਉਸ ਵੱਲੋਂ ਇਹ ਵੀ ਗੱਲ ਕਹੀ ਗਈ ਸੀ ਕਿ ਅੱਜ ਦਾ ਸਮਾਂ ਦਿੱਤਾ ਜਾਂਦਾ ਜੇਕਰ ਕੋਈ ਇਸ ਬੋਲੀ ਨੂੰ ਵਧਾਉਣਾ ਚਾਹੁੰਦਾ ਤਾਂ ਉਹ ਵੀ ਵਧਾਇਆ ਜਾ ਸਕਦਾ ਤਾਂ ਹੋਰ ਵੀ ਲੋਕ ਨੇ ਪਿੰਡ ਦੇ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਕਈ ਸਾਲਾਂ ਤੋਂ ਤੁਸੀਂ ਪਿੰਡਾਂ ਦੇ ਵਿੱਚ ਰਹਿ ਰਹੇ ਹੋ ਬਜ਼ੁਰਗ ਹੁਣ ਤੱਕ ਕਦੀ ਇਹ ਸੁਣਿਆ ਵੀ ਇਸ ਤਰੀਕੇ ਦੇ ਨਾਲ ਸਰਪੰਚ ਚੁਣਿਆ ਗਿਆ ਹੋਵੇ ਕਿਸੇ ਪਿੰਡ ਦੇ ਵਿੱਚ ਨਈਆ ਗੱਜਾ ਹੀ ਬੰਦੇ ਨੇ ਮੱਲ ਹੋਏ ਆ ਆਮ ਜਿੱਦਾਂ ਮਲ ਸਰਕਾਰਾਂ ਜਿਹੜੀ ਸਰਕਾਰਾਂ ਉਹਦਾ ਬਣ ਜਾਂਦਾ ਹੈ ਕਿਉਂਕਿ ਦੋ ਹੀ ਤਰੀਕੇ ਸੀ ਜਾਂ ਸਰਵਸੰਮਤੀ ਜਾਂ ਚੋਣਾਂ ਦੇ ਜ਼ਰੀਏ ਹਾਂਜੀ ਜੀ ਇਦੋਂ ਇੱਕ ਵਾਰ ਕਿਦਾਂ ਦੇਖਦੇ ਹੋ ਇਹਦੇ ਨਾਲ ਲੱਗਦਾ ਕਿ ਪਿੰਡ ਦਾ ਭਲਾ ਹੋਏਗਾ ਕਿਉਂਕਿ 2 ਕਰੋੜ ਰੁਪਏ ਜੇਕਰ ਦਿੱਤਾ ਜਾ ਰਿਹਾ ਉਹਨਾਂ ਦੇ ਕਹਿੰਦੇ ਮੈਂ ਪਿੰਡ ਤੇ ਪਿੰਡ 'ਚ ਲੱਗਣ ਪੈਸੇ ਦੇ ਪਿੰਡ ਦਾ ਨਾਂ ਨਿਕਲੇ ਇਹ ਚਾਹੀਦੀ ਪੂਰੀ ਦੁਨੀਆ ਭਰ ਦੇ ਵਿੱਚ ਚਰਚਾ ਇਸ ਚੀਜ਼ ਦੀ ਹੋ ਰਹੀ ਹੈ ਕਿਉਂਕਿ ਪਹਿਲੀ ਵਾਰ ਸ਼ਾਇਦ ਇਤਿਹਾਸ ਦੇ ਵਿੱਚ ਹੋਇਆ ਕਿ ਬੋਲੀ ਦੇ ਜ਼ਰੀਏ ਸਰਪੰਚ ਚੁਣੇ ਹਾਂਜੀ ਬੋਲੀ ਦੇ ਜਰੀਏ ਚੁਣਿਆ ਤੇ ਜਾਏ ਪਰ ਬੋਲੀ ਦੇ ਜਰੀਏ ਮੁੜ ਕੇ ਕੰਮ ਕਰਨਾ ਕਿਹੜਾ ਕੋਈ ਪੈਸਾ ਲਾਉਣਾ ਹੀ ਨਹੀਂਗਾ ਇਹ ਦੋ ਉਦਾਂ ਹੀ ਡੇ ਨੇ ਕਰਨ ਮਤਲਬ ਬੋਲੀ ਪਾਲੀ ਕੋਈ ਨਹੀਂ ਗੇ ਦੋਏ ਬੰਦੇ ਜਿਹੜੇ ਨੇ ਆਪੋ ਚ ਬੋਲੀ ਕਰੀ ਜਾਂਦੇ ਨੇ ਲਾਈ ਜਾਂਦੇ ਨੇ ਮਤਲਬ ਕੋਈ ਏਡੀ ਇੱਕ ਹੋਰ ਚੀਜ਼ ਜੇਕਰ ਇਸੇ ਚੀਜ਼ ਨੂੰ ਹੋਰ ਪਿੰਡਾਂ ਵਾਲੇ ਵੀ ਫੋਲੋ ਕਰਦੇ ਆ ਤਾਂ ਜਿਹੜਾ ਆਮ ਕਿਸੇ ਘਰ ਦਾ ਕੋਈ ਗਰੀਬ ਜਾਂ ਸੁਧਾਰਨ ਪਰਿਵਾਰ ਦਾ ਕੋਈ ਨੌਜਵਾਨ ਕੰਮ ਕਰਨ ਦਾ ਚਾਹੁੰਦਾ ਉਹ ਤਾਂ ਫਿਰ ਅੱਗੇ ਨਹੀਂ ਆ ਸਕਦਾ ਨਹੀਂ ਜੀ ਉਹ ਨਹੀਂ ਆ ਸਕਦਾ ਮਤਲਬ ਫਿਰ ਇਹ ਕਿਸੇ ਜਿਹੜੇ ਇੰਨਾ ਰੁਪਈਆ ਜਿਹੜੇ ਲਾਉਣਗੇ ਉਹ ਕਿਸੇ ਨੂੰ ਕੰਮ ਨਹੀਂ ਕਰਕੇ ਦੇਣਗੇ ਬਿਲਕੁਲ ਤਾ ਇਹ ਪਿੰਡ ਦੇ ਲੋਕ ਨੇ ਜਿਨ੍ਹਾਂ ਦੀ ਵੱਖ-ਵੱਖ رائے ਆ ਉਹਨਾਂ ਦਾ ਕਹਿਣਾ ਕਿ ਜਿਹੜੇ ਤਨਾੜ ਦੇ ਜਾਂ ਸਰਮਾਇਦਾਰ ਦੇ ਉਹ ਇਸ ਤਰੀਕੇ ਦੇ ਨਾਲ ਜ਼ਰੂਰ ਸਰਪੰਚ ਬਣ ਸਕਦੇ ਨੇ ਪਰ ਇਸ ਦਾ ਕਿਤਨਾ ਕਿਤੇ ਪਿੰਡ ਦੇ ਵਿਕਾਸ ਦੇ ਉੱਤੇ ਵੀ ਜ਼ਰੂਰ ਜਿਹੜਾ ਅਸਰ ਉਹ ਪੈਣ ਵਾਲਾ ਹਾਲਾਂਕਿ ਜਿਹੜੇ ਆਤਮਾ ਸਿੰਘ ਨੇ ਉਹਨਾਂ ਦਾ ਕਹਿਣਾ ਕਿ 2 ਕਰੋੜ ਰੁਪਈਆ ਪਿੰਡ ਤੇ ਲਾਇਆ ਜਾਊਗਾ ਪਰ ਪਿੰਡ ਵਾਲਿਆਂ ਦਾ ਕਹਿਣਾ ਕਿ ਪਿੰਡ ਜਿਹੜਾ ਵਿਕਾਸ ਦੇ ਪੱਖੋਂ ਪਹਿਲਾਂ ਵੀ ਬਹੁਤ ਪਿਛੜਿਆ ਹੋਇਆ ਔਰ ਅੱਗੇ ਵੀ ਉਹਨਾਂ ਨੂੰ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਹੁਣ ਦੇਖਣਾ ਹੋਏਗਾ ਕੇ ਬੋਲੀ ਦੇ ذریعے ਚੁਣਿਆ ਹੋਇਆ ਸਰਪੰਚ ਪਿੰਡ ਦੀ ਕਮਾਨ ਸੰਭਦਾ ਜਾਂ ਫਿਰ ਚੋਣ ਪ੍ਰਕਿਰਿਆ ਦੇ ਰਾਹੀਂ ਕੋਈ ਹੋਰ ਆ ਕੇ ਇਸ ਕੁਰਸੀ ਤੇ ਬੈਠਦਾ ਹੈ ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ राजीव ਸ਼ਰਮਾ న్యూਸ 18 ਗੁਰਦਾਸਪੁਰ